ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ ਤੇ ਮੈਂ ਹਰਾਜਪਿੰਦਰ ਕੌਰ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਦੀ ਮਰਚਾਣੀ ਤੇ ਅਸੀਂ ਦੋਨੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫੇਰ ਪ੍ਰੋਗਰਾਮ ਖਬਰਸਾਰ ਤੇ ਜਿੱਦਾਂ ਤੁਹਾਨੂੰ ਪਤਾ ਕਿ ਖਬਰਸਾਰ ਦੇ ਵਿੱਚ ਆਪਾਂ ਖਬਰਾਂ ਦੀ ਲਈਦੀ ਆ ਸਾਰ ਖਬਰਾਂ ਜਿਹੜੀਆਂ ਹੁੰਦੀਆਂ ਨਿਊਜ਼ ਪੇਪਰ ਦੀ ਹੈਡਲਾਈਨਸ ਤੇ ਰਾਜਵਿੰਦਰ ਸਭ ਨੂੰ ਪਤਾ ਆ ਕਿ ਅੱਜ ਕੱਲ੍ਹ ਕੀ ਚੱਲ ਰਿਹਾ ਆ ਤੇ ਕਿਹੜੀ ਹੈਡਲਾਈਨ ਅੱਜ ਹੈਗੀ ਜਿਹੜੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਆ ਮੈਮ ਆਪਣੇ ਕੋਲੇ ਦੋ ਅਖਬਾਰ ਨੇ ਪੰਜਾਬੀ ਟ੍ਰਿਬਿਊਨ ਤੇ ਅਜੀਤ ਪਰ ਜੇ ਦੋਨਾਂ ਦੀ ਆਪਾਂ ਪਹਿਲੇ ਪੰਨੇ ਤੇ ਨਿਗਾਹ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਕਰੋਨਾ ਮਹਾਮਾਰੀ ਦੇ ਨਾਲ ਹੀ ਜੁੜੀਆਂ ਹੋਈਆਂ ਕਿਉਂਕਿ ਇੱਕ ਤਾਂ ਪੰਜਾਬ ਸਰਕਾਰ ਦੁਆਰਾ ਜਿਸ ਤਰ੍ਹਾਂ ਕਿ ਹਰ ਰੋਜ਼ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਉਹਨਾਂ ਨਾਲ ਜੁੜੀਆਂ ਹੋਈਆਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਦਿਸ਼ਾ ਨਿਰਦੇਸ਼ ਆ ਉਹਨਾਂ ਦਾ ਆਮ ਲੋਕਾਂ ਦੇ ਜੀਵਨ ਤੇ ਕੀ ਅਸਰ ਪੈਂਦਾ ਹੈ ਕਿਸ ਤਰ੍ਹਾਂ ਦਾ ਹੁੰਗਾਰਾ ਲੋਕਾਂ ਨੂੰ ਮਿਲ ਰਿਹਾ ਇਹਦੇ ਨਾਲ ਹੀ ਜੁੜੀਆਂ ਖਬਰਾਂ ਨੇ ਆਪਣੇ ਕੋਲੇ ਪਰ ਸਭ ਤੋਂ ਪਹਿਲੀ ਖਬਰ ਹੈ ਜਿਹਦੇ ਨਾਲ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਕਿ ਮੁਕੰਮਲ ਤਾਲਾਬੰਦੀ ਲਈ ਸਰਕਾਰ ਤੇ ਦਬਾਅ ਵੱਧਦਾ ਜਾ ਰਿਹਾ ਤੇ ਵਿਆਪਕ ਪੱਧਰ ਤੇ ਆਰਥਿਕ ਸਰਗਰਮੀਆਂ ਸਮੇਤ ਸੀਮਿਤ ਕਰੇ ਸਰਕਾਰ ਸੀਈਆਈ ਤੇ ਰਾਜਵਿੰਦਰ ਮੁਕੰਮਲ ਕਹਿ ਤਾਂ ਦਿੰਦੇ ਆ ਭਾਵੇਂ ਨਿਊਜ਼ ਪੇਪਰਸ ਵਾਲੇ ਵੀ ਆ ਜੀ ਤੁਹਾਨੂੰ ਵੀ ਪਤਾ ਆ ਕਿ ਸਾਰੀ ਆਪਾਂ ਨੂੰ ਕਹਿ ਲਈਏ ਕਿ ਪਬਲਿਕ ਨੂੰ ਪਤਾ ਕਿ ਮੁਕੰਮਲ ਲੋਕਡਾਊਨ ਕੀ ਹੁੰਦਾ ਆ ਜੀ ਤੇ ਮੁਕੰਮਲ ਲੋਕਡਾਊਨ ਤਾਂ ਇਹਨਾਂ ਨੇ ਲਾਇਆ ਹੀ ਨਹੀਂ ਜੇਕਰ ਆਪਾਂ ਗੱਲ ਕਰੀਏ ਦੁਕਾਨਦਾਰਾਂ ਦੀ ਤੇ ਕਿਤੇ ਨਾ ਕਿਤੇ ਜਾ ਕੇ ਕੁਛ ਕੁ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਦਿੱਤੀ ਆ ਰਿਆਇਤ ਦਿੱਤੀ ਆ ਕਿ ਖੋਲ ਸਕਦੇ ਆ ਤੇ ਕਿ ਜਿਹੜੇ ਵਿਚਾਰੇ ਕੁਛ ਕੁ ਹੈਗੇ ਆ ਭਾਵੇਂ ਉਹ ਅੱਜ ਕੱਲ੍ਹ ਦੀ ਨੈਸੈਸਿਟੀ ਹੈਗੀ ਆ ਉਹਨਾਂ ਨੂੰ ਵੀ ਉਹਨਾਂ ਨੇ ਬੰਦ ਕੀਤਾ ਸੀ ਜਿੱਦਾਂ ਆਪਾਂ ਕਹਿ ਲਈਏ ਕਿ ਏਸੀ ਵਾਲੇ ਇਲੈਕਟ੍ਰੀਕਲ ਗੁਡਸ ਵਾਲੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਉਹਨਾਂ ਨੇ ਬੰਦ ਕਰਵਾਇਆ ਸੀ ਜਿਹਦੇ ਵਿੱਚ ਆਪਾਂ ਨੂੰ ਪਤਾ ਕਿ ਗਰਮੀ ਦਾ ਮੌਸਮ ਆ ਗਰਮੀ ਦੇ ਮੌਸਮ ਵਿੱਚ ਪੱਖੇ ਵੀ ਚਾਹੀਦੇ ਆ ਕੂਲਰ ਵੀ ਚਾਹੀਦੇ ਆ ਏਸੀ ਵੀ ਚਾਹੀਦੇ ਤੇ ਹੋਰ ਵੀ ਘਰ ਦੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਮਰ ਵਾਸਤੇ ਲੋਕ ਖਰੀਦਦੇ ਆ ਆਮ ਪਬਲਿਕ ਜਿਹੜੀ ਹੈਗੀ ਆ ਤੇ ਇਹ ਦੇਖਣ ਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਗਵਰਨਮੈਂਟ ਜਿਹੜੀ ਸਾਡੀ ਹੈਗੀ ਸਪੈਸ਼ਲੀ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਸੀਐਮ ਸਾਡੇ ਸਾਹਿਬ ਹੈਗੇ ਆ ਉਹ ਹਰ ਇੱਕ 2 ਘੰਟਿਆਂ ਬਾਅਦ ਮਾਇੰਡ ਚੇਂਜ ਕਰ ਲੈਂਦੇ ਉਹਨਾਂ ਨੂੰ ਖੁਦ ਨਹੀਂ ਪਤਾ ਚੱਲਦਾ ਕਿ ਮੈਂ ਤਾਲਾਬੰਦੀ ਨੂੰ ਲੈ ਕੇ ਲੋਕਡਾਊਨ ਨੂੰ ਲੈ ਕੇ ਕੀ ਮੈਂ ਨਿਯਮ ਲਾਗੂ ਕਰਨੇ ਤੇ ਕੀ ਨਹੀਂ ਕਰਨੇ ਹਰ 2 ਘੰਟਿਆਂ ਬਾਅਦ ਹਰ ਦੂਜੇ ਦਿਨ ਜਿਹੜੇ ਹੈਗੇ ਆ ਨਿਯਮ ਚੇਂਜ ਕਰ ਦਿੰਦੇ ਆ ਤੇ ਦੂਸਰੇ ਪਾਸੇ ਆਪਾਂ ਦੇਖਣ ਨੂੰ ਕਹੀਏ ਕਿ ਜੇਕਰ ਇੱਕ ਵਿਤਕਰਾ ਕਰਨਾ ਆ ਕਿ ਅੱਧੇ ਇੱਕ ਸ਼ੋਪਕੀਪਰਸ ਜਿਹੜੇ ਉਹਨਾਂ ਦੀਆਂ ਦੁਕਾਨਾਂ ਖੁੱਲੀਆਂ ਆ ਦੂਸਰਿਆਂ ਦੀਆਂ ਬੰਦ ਆ ਤੇ ਹਰ ਇੱਕ ਜਿਹੜਾ ਹੈਗਾ ਆ ਹੁਣ ਪਿਛਲੇ ਸਾਲ ਦੇ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਜੇਬਾਂ ਸਾਰਿਆਂ ਦੀਆਂ ਖਾਲੀ ਹੋ ਚੁੱਕੀਆਂ ਕੁਛ ਕੁ ਹੁਣ ਜਿੱਦਾਂ ਸੈਕਿੰਡ ਲਹਿਰ ਦੇ ਆਉਣ ਦੇ ਨਾਲ ਜਿਹੜੀ ਕਹਿ ਲਈਏ ਕਿ ਇਹ ਕਾਫੀ ਘਾਤਕ ਦਿਖ ਰਹੀ ਆ ਤੇ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਦਵਾਈਆਂ ਵੀ ਹੋਸਪਿਟਲ ਦੀ ਟ੍ਰੀਟਮੈਂਟ ਸਾਰਾ ਕੁਛ ਆ ਰਿਹਾ ਆ ਤੇ ਜੇਕਰ ਤੁਹਾਡੇ ਬਿਜ਼ਨਸ ਹੀ ਬੰਦ ਆ ਤੁਹਾਡੇ ਕੰਮ ਕਾਰ ਬੰਦ ਹੈਗੇ ਆ ਤੁਸੀਂ ਕੰਮ ਹੀ ਨਹੀਂ ਕਰਦੇ ਤੁਹਾਨੂੰ ਇਨਕਮ ਆ ਨਹੀਂ ਰਹੀ ਤੇ ਕਿੱਥੋਂ ਉਹ ਇਹ ਚੀਜ਼ਾਂ ਆਪਣੇ ਪਰਿਵਾਰ ਨੂੰ ਜਿਹੜੀ ਹੈਗੀ ਆ ਸਿਹਤ ਸਹੂਲਤਾਂ ਪ੍ਰੋਵਾਈਡ ਕਰਾਉਣਗੇ ਜਾਂ ਉਹ ਤਾਂ ਇੱਕ ਪਾਸੇ ਛੱਡ ਕੇ ਕਿ ਖਾਣ ਪੀਣ ਨੂੰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਿੱਥੋਂ ਲਿਆ ਕੇ ਦੇਣਗੇ ਤੇ ਘਰ ਦੇ ਬਾਕੀ ਖਰਚੇ ਤਾਂ ਬੰਦਾ ਕਰ ਹੀ ਨਹੀਂ ਸਕਦਾ ਤੇ ਜਿੱਦਾਂ ਆਪਾਂ ਕਹਿ ਲਈਏ ਕਿ ਜੇਕਰ ਹੁਣ ਬਿਜ਼ਨਸਮੈਨ ਹੈਗਾ ਆ ਤੇ ਇਸ ਟਾਈਮ ਉਹਦੇ ਤਾਲੇ ਲੱਗੇ ਹੋਏ ਆ ਉਹਦੇ ਘਰ ਦੀਆਂ ਕਿਸ਼ਤਾਂ ਵੀ ਹੋ ਸਕਦੀਆਂ ਘਰ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਖਾਣ ਪੀਣ ਨੂੰ ਆ ਉਹਨਾਂ ਦੀਆਂ ਹੋਰ ਇੱਦਾਂ ਦੀਆਂ ਬਹੁਤ ਸਹੂਲਤਾਂ ਕੀਤੀਆਂ ਹੁੰਦੀਆਂ ਜਿਹੜੀਆਂ ਅਸੀਂ ਹੁਣ ਇਸ ਦੇ ਟਾਈਮ ਦੇ ਵਿੱਚ ਨਹੀਂ ਕਰ ਸਕਦੇ ਬਿਲਕੁਲ ਔਰ ਦੇਖੋ ਜਿਹੜੇ ਸਰਕਾਰ ਦੇ ਜਿਸ ਤਰ੍ਹਾਂ ਆਪਾਂ ਕਿਹਾ ਕਿ ਕੈਪਟਨ ਨੂੰ ਖੁਦ ਸ਼ਾਇਦ ਉਹ ਕਨਫਿਊਜ਼ ਰਹਿੰਦੇ ਆ ਕਿ ਕਿਹੜਾ ਆਦੇਸ਼ ਲਾਗੂ ਕਰਨਾ ਕਿਹੜਾ ਨਹੀਂ ਜਾਂ ਹਰ 2 ਘੰਟੇ ਬਾਅਦ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੁਆਰਾ ਆਦੇਸ਼ ਲਾਗੂ ਕੀਤੇ ਜਾਂਦੇ ਆ ਤੇ ਹੁਣ ਫਿਰ ਉਹਨਾਂ ਨੇ ਕੁਝ ਚੇਂਜਸ ਕੀਤੀਆਂ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਤੇ ਠੇਕੇ ਜਿਹੜੇ ਉਹਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਹੈ ਇਸ ਤੋਂ ਇਲਾਵਾ ਖੇਤੀ ਤੇ ਕਰਿਆਨੇ ਦੀਆਂ ਦੁਕਾਨਾਂ ਕਰਿਆਨੇ ਦੀਆਂ ਦੁਕਾਨਾਂ ਤਾਂ ਜਿਸ ਤਰ੍ਹਾਂ ਪਹਿਲਾਂ ਹੀ ਖੁੱਲੀਆਂ ਸੀ ਹੁਣ ਖੇਤੀ ਨਾਲ ਜਿਹੜੀਆਂ ਸੰਬੰਧਿਤ ਦੁਕਾਨਾਂ ਉਹ ਵੀ ਖੋਲ੍ਹਣ ਦੇ ਉਹਨਾਂ ਨੇ ਹੁਕਮ ਦਿੱਤੇ ਆ ਤੇ ਜਿਹੜੇ ਪੰਜਾਬ ਦੇ ਠੇਕਿਆਂ ਨੂੰ ਲੈ ਕੇ ਇੱਕ ਵੱਡੀ ਖਬਰ ਕਿਉਂਕਿ ਲੋਕਾਂ ਦੇ ਵਿੱਚ ਰੋਸ ਉਦੋਂ ਹੀ ਆਇਆ ਸੀ ਕਿ ਜੇ ਕਰੋਨਾ ਠੇਕਿਆਂ 'ਤੇ ਨਹੀਂ ਆਉਂਦਾ ਤਾਂ ਆਮ ਲੋਕਾਂ ਦੀਆਂ ਦੁਕਾਨਾਂ 'ਤੇ ਕਰੋਨਾ ਕਿਉਂ ਆਉਂਦਾ ਅਤੇ ਉਹਦੇ ਵਿਰੋਧ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਵੱਖ ਵੱਖ ਜ਼ਿਲ੍ਹਿਆਂ 'ਚ ਕੱਲ੍ਹ ਹਾਲਾਂਕਿ ਪ੍ਰਦਰਸ਼ਨ ਵੀ ਕੀਤੇ ਗਏ ਆ ਜਲੰਧਰ 'ਚ ਕੀਤੇ ਗਏ ਆ ਲੁਧਿਆਣਾ 'ਚ ਕੀਤੇ ਗਏ ਆ ਤੇ ਕਾਫੀ ਜਿਹੜਾ ਰੋਸ ਪ੍ਰਗਟ ਕੀਤਾ ਗਿਆ ਦੁਕਾਨਦਾਰਾਂ ਵੱਲੋਂ ਤੇ ਹੁਣ ਕੈਪਟਨ ਸਰਕਾਰ ਨੇ ਉਹਨਾਂ ਦਾ ਬਿਲਕੁਲ ਪੱਧਰਾ ਕਰ ਦਿੱਤਾ ਉਹਨਾਂ ਨੂੰ ਵੀ ਠੇਕੇ ਖੋਲ੍ਹਣ ਦੀ ਜਿਹੜੀ ਪਰਮਿਸ਼ਨ ਦੇਤੀ ਆ ਤੇ ਰਾਜਵਿੰਦਰ ਸਰਪ੍ਰਾਈਜ਼ ਇਹ ਕੁਛ ਨਹੀਂ ਹੈਗਾ ਸਾਡੇ ਸੀਐਮ ਸਾਹਿਬ ਜਿਹੜੇ ਹੈਗੇ ਆ ਸ਼ਾਇਦ ਕਿਤੇ ਨਾ ਕਿਤੇ ਹੈਗੇ ਆ ਕਿ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆੜ ਦੇ ਵਿੱਚ ਤੇ ਇਹਨਾਂ ਨੂੰ ਇਹ ਨਹੀਂ ਚਾਹੀਦਾ ਹੈਗਾ ਕਿ ਜਿੱਦਾਂ ਹੁਣ ਜਿਹੜੇ ਆਪਾਂ ਕਹਿ ਲਈਏ ਖੇਤੀਬਾੜੀ ਦੇ ਨਾਲ ਸੰਬੰਧਿਤ ਦੁਕਾਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਪਤਾ ਆ
कि खेतीबाड़ी के नाल संबंध दुकाना बंद करके तो जिहड़े किसान हैगे हुण आउण वाले वाढ़ियां हो चुकियां ते नेक्स्ट जिहड़ी क्रॉप उन्होंने बीजनी आ ते उहदे वास्ते प्रबंध करने कित्थों करनगे जेकर दुकाना बंद पईआं। हुण इह डिसीजन जिहड़ी उन्होंने पब्लिक दे डिस्प्यूट तों बाद जदों उन्होंने अपनी आवाज़ उठाली आ ना उस तों बाद इन्हां नूं सोचणा पिआ क्योंकि ठेके जिहड़े खोलण दी ਆਪਾਂ ਕਹਿ ਲਈਏ ਕੰਪਲੀਟ ਪਾਬੰਦੀ ਜਿਹੜੀ ਹੈਗੀ ਉਹਨਾਂ ਬੰਦ ਕਰਨ ਦੀ ਨਹੀਂ ਲਾਈ ਸੀ। ਆਪਾਂ ਸਭ ਨੂੰ ਪਤਾ ਆ ਕਿ ਜਿਹੜੇ ਨੋਰਮਲ ਜਿਹੜੇ ਠੇਕੇ ਹੁੰਦੇ ਆ ਮੋਰੋ ਸ਼ਟਰ ਸਿੱਟੇ ਹੁੰਦੇ ਆ ਤੇ ਜਿੱਦਾਂ ਪਿਛਲੀਆਂ ਜਿਹੜੀਆਂ ਉਹਨਾਂ ਦੀਆਂ ਮੋਰੀਆਂ ਹੁੰਦੀਆਂ ਆ ਚੋਰ ਮੋਰੀ ਥਾਣੀ ਜਿਹੜੇ ਹੈਗੇ ਇਹ ਬਿਜ਼ਨਸ ਉਹਨਾਂ ਦਾ ਚੱਲਦਾ ਰਹਿੰਦਾ ਆ ਤੇ ਫਿਰ ਜੇਕਰ ਛੁੱਪ ਛੁਪਾ ਕੇ ਉਹ ਕੰਮ ਚੱਲਦੇ ਆ ਕਿਉਂ ਨਹੀਂ ਸਰਟਨ ਘੰਟੇ ਜਿਹੜੇ ਹੈਗੇ ਆ ਉਹ ਰੱਖਣੇ ਚਾਹੀਦੇ ਆ ਕਿ ਹਾਂਜੀ ਇੰਨੇ ਤੋਂ ਇੰਨੇ ਜਿਹੜੀ ਹੈਗੀ ਆ ਠੇਕੇ ਖੁੱਲਣਗੇ ਇੰਨੇ ਤੋਂ ਇੰਨੇ ਜਿਹੜੀਆਂ ਹੈਗੀਆਂ ਆ ਬੀਜ ਦੀਆਂ ਜਿਹੜੀਆਂ ਕਿਸਾਨੀ ਦੇ ਨਾਲ ਸੰਪਰਕ ਦੁਕਾਨਾਂ ਉਹ ਖੁੱਲਣਗੀਆਂ ਤੇ ਬਾਕੀ ਜਿਹੜੀਆਂ ਵੀ ਹੋਰ ਵੀ ਦੁਕਾਨਾਂ ਹੈਗੀਆਂ ਹਰ ਇੱਕ ਨੂੰ ਟਾਈਮ ਦੇਣਾ ਚਾਹੀਦਾ। ਅੱਗੇ ਪਿਛਲੇ ਜਦੋਂ ਕਰੋਨਾ ਕਾਲ ਦੇ ਵਿੱਚ ਦਿਨ ਬੰਨੇ ਹੋਏ ਸੀਗੇ ਕਿ ਇੰਨੇ ਦਿਨ ਇਹਨਾਂ ਨੇ ਖੁੱਲ੍ਹਣਾ ਇੰਨੇ ਦਿਨ ਅਤੇ ਹੁਣ ਕਿਉਂ ਨਹੀਂ ਇਹ ਕਰ ਸਕਦੇ ਕਿਉਂਕਿ ਜੇਕਰ ਪਬਲਿਕ ਨੂੰ ਕੰਟਰੋਲ ਕਰਨਾ ਤਾਂ ਉਹਨਾਂ ਵਿੱਚ ਟਾਈਮਿੰਗ ਜਿਹੜੀ ਹੈਗੀ ਆ ਉਹਨਾਂ ਨੂੰ ਸੈੱਟ ਕਰਨੀ ਚਾਹੀਦੀ ਆ ਨਾ ਕਿ ਸਾਰੇ ਬਿਜ਼ਨਸ ਜਿਹੜੀ ਹੈਗੀ ਕੰਪਲੀਟਲੀ ਬੰਦ ਕਰਕੇ। ਅਤੇ ਦੂਜੇ ਪਾਸੇ ਇਹ ਹੈਗਾ ਕਿ ਐਤਕੀ CM ਸਾਹਿਬ ਸਾਡੇ ਜਿਹੜੇ ਹੈਗੇ ਥੋੜ੍ਹੀ ਕੁ ਉਹਨਾਂ ਦੇ ਆਪਾਂ ਕਹਿ ਲਈਏ ਕਿ ਸਮੱਤ ਪੈ ਗਈ ਆ ਕਿ ਜਿਹੜੇ ਰੇਹੜੀਆਂ ਵਾਲਿਆਂ ਨੂੰ ਵਿਚਾਰਿਆਂ ਨੂੰ ਥੋੜ੍ਹੀ ਕੁ ਰਾਹਤ ਦਿੱਤੀ ਆ। ਅਤੇ ਜੇ ਆਪਾਂ ਗੱਲ ਕਰੀਏ ਰੇਹੜੀਆਂ ਵਾਲਿਆਂ ਦੀ ਤਾਂ ਕਿਤੇ ਨਾ ਕਿਤੇ ਜਾ ਕੇ ਲੱਗਦਾ ਕਿ ਸਾਡੇ CM ਸਾਹਿਬ ਥੋੜ੍ਹਾ ਜਿਹਾ ਤਰਸ ਖਾ ਗਏ ਉਹਨਾਂ ਦੇ ਉੱਪਰ ਕਿਉਂਕਿ ਪਿਛਲੇ ਸਾਲ ਜਿਹੜੇ ਰੇਹੜੀਆਂ ਵਾਲਿਆਂ ਨੂੰ ਵੀ ਇਹਨਾਂ ਨੇ ਬੰਦ ਕਰ ਦਿੱਤਾ ਸੀਗਾ। ਅਤੇ ਇਹ ਆ ਕਿ ਰੇਹੜੀਆਂ ਵਾਲੇ ਵਿਚਾਰੇ ਦਿਹਾੜੀ ਕਰਕੇ ਤੇ ਸ਼ਾਮ ਦੀ ਜਿਹੜੀ ਦਿਨ ਭਰ ਦੀ ਕਮਾਈ ਆ ਉਹਦੇ ਨਾਲ ਹੀ ਆਪਣੇ ਪਰਿਵਾਰ ਨੂੰ ਪਾਲਦੇ ਆ। ਤੇ ਚਲੋ ਐਤਕੀ ਮਿਹਰ ਕੀਤੀ ਆ ਸਾਡੇ CM ਸਾਹਿਬ ਨੇ ਥੋੜ੍ਹੀ ਜਿਹੀ ਕਿ ਉਹਨਾਂ ਨੂੰ ਰਾਹਤ ਦੇ ਦਿੱਤੀ ਹੈਗੀ ਆ ਕਿ ਤੁਸੀਂ ਆਪਣਾ ਜਿਹੜਾ ਹੈਗਾ ਆ ਰੇਹੜੀਆਂ ਜਿਹੜੀਆਂ ਲਾ ਸਕਦੀਆਂ ਭਾਵੇਂ ਉਹ ਫਰੂਟ ਦੀਆਂ ਹੋਣ ਚਾਹੇ ਉਹ ਕਿਸੇ ਵੀ ਮੇਰੇ ਖਿਆਲ ਜਿੱਦਾਂ ਆਪਾਂ ਕਹਿ ਲਈਏ ਕਿ ਫਰੂਟ ਤੇ ਸਬਜ਼ੀ ਦੀਆਂ ਜਿਹੜੀਆਂ ਰੇਹੜੀਆਂ ਉਹ ਆ ਤੇ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਜਿੱਦਾਂ ਹੁਣ ਗਰਮੀਆਂ ਦਾ ਮੌਸਮ ਆ ਗੰਨੇ ਦੇ ਰਸ ਦੀਆਂ ਰੇਹੜੀਆਂ ਵੀ ਲੱਗੀਆਂ ਹੋਈਆਂ ਆ ਤੇ ਜਿਹੜਾ ਨਿੰਬੂ ਪਾਣੀ ਵੇਚਦੇ ਆ ਉਹਨਾਂ ਦੀ ਕਿਉਂਕਿ ਇਹ ਚੀਜ਼ਾਂ ਵੀ ਰਾਜਵਿੰਦਰ ਜ਼ਰੂਰੀ ਆ ਕਿਉਂਕਿ ਜਿਹੜਾ ਟਰੈਵਲ ਲੋਕ ਕਰਦੇ ਆ ਭਾਵੇਂ ਉਹ ਰੋਡ ਸਾਈਡ ਤੇ ਭਾਵੇਂ ਉਹ ਆਪਾਂ ਕਹਿ ਲਈਏ ਸਿਟੀ ਦੇ ਵਿੱਚ ਵੀ ਹੈਗੇ ਆ ਕਿਤੇ ਨਾ ਕਿਤੇ ਜਾ ਕੇ ਇੰਨੀ ਗਰਮੀ ਦੇ ਵਿੱਚ ਹਰ ਇੱਕ ਨੂੰ ਇਹ ਚੀਜ਼ ਦੀ ਨੀਡਸ ਹੁੰਦੀ ਆ ਕਿਉਂਕਿ ਥਿਆ ਲੱਗਦੀ ਆ ਇੰਨੀ ਗਰਮੀ ਦੇ ਵਿੱਚ ਹਰ ਇੱਕ ਨੂੰ ਉਦੋਂ ਦੁਪਹਿਰ ਦਾ ਜਿਹੜਾ ਟਾਈਮ ਹੁੰਦਾ ਆ ਉਸ ਟਾਈਮ ਇਹ ਅਗਲਾ ਕਹਿੰਦਾ ਕਿ ਇੱਕ ਐਨਰਜੀ ਮੇਰੇ ਲੈਵਲ ਡਾਊਨ ਹੋ ਗਈ ਆ ਕਿਤੇ ਨਾ ਕਿਤੇ ਨਿੰਬੂ ਪਾਣੀ ਪੀਏ ਗੰਨੇ ਦਾ ਰਸ ਪੀਏ ਜਾਂ ਨਾਰੀਅਲ ਪਾਣੀ ਪੀਏ ਕਿਉਂਕਿ ਇਹ ਚੀਜ਼ਾਂ ਜਿਹੜੇ ਵੇਚਦੇ ਆ ਉਹਨਾਂ ਦਾ ਵੀ ਤਾਂ ਕਹੀਏ ਕਿ ਰੋਜ਼ੀ ਰੋਟੀ ਆ ਤੇ ਜੇਕਰ ਇਹ ਚੀਜ਼ਾਂ ਬਿਲਕੁਲ ਹੀ ਬੰਦ ਕਰ ਦਿੰਦੇ ਆ ਤਾਂ ਫਿਰ ਤਾਂ ਬਹੁਤ ਔਖਿਆ। ਤਾਂ ਜਾਂ ਫਿਰ ਆਪਾਂ ਜਿੱਦਾਂ ਕੱਲ੍ਹ ਵੀ ਪਹਿਲੇ ਵੀ ਗੱਲ ਕੀਤੀ ਆ ਕਿ ਜੇ ਤੁਸੀਂ ਕੰਪਲੀਟ ਜਿੱਦਾਂ ਲੋਕਡਾਊਨ ਲਾਉਣਾ ਜੀ ਸਦਕੇ ਲਾਵੋ ਬਟ ਰੋਟੀ ਪਾਣੀ ਦਾ ਅਤੇ ਜਿਹੜਾ ਹੈਗਾ ਆ ਕਿ ਖਰਚ ਪਾਣੀ ਦਾ ਮਹੀਨੇ ਦਾ ਉਹ ਤੁਹਾਨੂੰ ਇੰਤਜ਼ਾਮ ਕਰਨਾ ਪੈਣਾ ਜੇਕਰ ਕੰਪਲੀਟ ਲਾਉਣਾ ਆ। ਜੇ ਲਾਉਣਾ ਤਾਂ ਸਾਰੀਆਂ ਦੁਕਾਨਾਂ ਬੰਦ ਕਰੋ ਪ੍ਰੋਪਰ ਜਿੱਦਾਂ ਹੈਗੀ ਆ ਕਿ ਆਪਾਂ ਮੈਡੀਕਲ ਸਟੋਰ ਉਹ ਵੀ ਆਪਾਂ ਨੂੰ ਖੁੱਲ੍ਹੇ ਰੱਖਣੇ ਪੈਣੇ ਆ ਅਤੇ ਆਪਾਂ ਤਾਂ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਜੇ ਲਾਉਣਾ ਲਾਵੋ ਜੀ ਸਦਕੇ ਲਾਵੋ ਕਿਉਂਕਿ ਪਬਲਿਕ ਮੈਨੂੰ ਨਹੀਂ ਲੱਗਦੀ ਕਿ ਜੇ ਪਬਲਿਕ ਦੇ ਨੂੰ ਘਰ ਬੈਠਿਆਂ ਨੂੰ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ ਆ ਉਹਨਾਂ ਨੂੰ ਉਹਨਾਂ ਦੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਆ ਤਾਂ ਪਬਲਿਕ ਦਾ ਕੀ ਦਿਮਾਗ ਖਰਾਬ ਹੈਗਾ ਕਿ ਆਪਣੀ ਤਾਂ ਆਪਣੇ ਪਰਿਵਾਰ ਦੀ ਜਿਹੜੀ ਹੈਗੀ ਆ ਸੇਫਟੀ ਨੂੰ ਦਾਅ ਤੇ ਲਾ ਕੇ ਤੇ ਬਾਹਰ ਨਿਕਲਣਗੇ ਕੰਮਾਂ ਕਾਰਾਂ ਦੇ ਵੱਲ ਜਾਣਗੇ ਜੀ। ਔਰ ਦੇਖੋ ਤੁਸੀਂ ਜਿਸ ਤਰ੍ਹਾਂ ਕਿ ਗੱਲ ਕੀਤੀ ਹੈ ਕਿ ਸਰਕਾਰ ਦੇ ਦੁਆਰਾ ਅਗਰ ਪੂਰਨ ਲੋਕਡਾਊਨ ਲਾਉਣਾ ਤਾਂ ਜਿਹੜੇ ਸਾਡੇ ਆਵਾਮ ਹੈ ਸਾਡੇ ਜਿਹੜੇ ਲੋਕ ਹੈ ਉਹਨਾਂ ਨੂੰ ਸਹੂਲਤਾਂ ਦੇਣੀਆਂ ਪੈਣਗੀਆਂ। ਹਾਲਾਂਕਿ ਕੇਜਰੀਵਾਲ ਸਾਹਿਬ ਦਾ ਬਹੁਤ ਲੋਕ ਜਿਸ ਤਰ੍ਹਾਂ ਕਿ ਸਿਆਸੀ ਤੌਰ 'ਤੇ ਲੋਕ ਨਹੀਂ ਕਹਿ ਸਕਦੇ ਸਿਆਸੀ ਤੌਰ 'ਤੇ ਉਹਨਾਂ ਦਾ ਵਿਰੋਧ ਹੁੰਦਾ ਰਿਹਾ। ਹੁਣ ਦਿੱਲੀ 'ਚ ਵੀ ਆਪਾਂ ਨੂੰ ਪਤਾ ਕਿ ਪਾਵਰਾਂ ਖੋਲੀਆਂ ਪਰ ਅੱਜ ਵੀ ਉਹ ਆਪਦੇ ਜਿਹੜੇ ਦੇਸ਼ ਦੀ ਜਨਤਾ ਉਹਨਾਂ ਦੇ ਲਈ ਚੰਗਾ ਕਰ ਰਹੇ ਆ। ਆਪਾਂ ਨੂੰ ਪਤਾ ਕਿ ਦਿੱਲੀ ਦੇ ਵਿੱਚ ਲੋਕਡਾਊਨ ਆ ਪਰ ਫਿਰ ਵੀ ਉਹਨਾਂ ਨੇ ਐਲਾਨ ਕੀਤਾ ਹੈ ਕੱਲ੍ਹ ਕਿ ਜਿਹੜੇ ਟੈਕਸੀ ਵਾਲੇ ਆ ਅਤੇ ਆਟੋ ਵਾਲੇ ਆ ਹਰ ਮਹੀਨੇ ਉਹਨਾਂ ਨੂੰ 5,000 ਰੁਪਇਆ ਦਿੱਤਾ ਜਾਊਗਾ। ਇਸ ਤੋਂ ਇਲਾਵਾ ਉਹਨਾਂ ਨੂੰ ਰਾਸ਼ਨ ਆ ਜਿਹੜਾ ਉਹ ਵੀ ਜਿਹੜਾ ਮੁਫਤ ਦਿੱਤਾ ਜਾਊਗਾ। ਅਤੇ ਹੁਣ ਜੇ ਸਾਡੀ ਸਰਕਾਰ ਇੱਦਾਂ ਦੇ ਪ੍ਰਬੰਧ ਕਰੂਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਜਿਹੜਾ ਰੋਸ ਸਾਨੂੰ ਦੇਖਣ ਨੂੰ ਮਿਲ ਰਿਹਾ ਜਿਹੜੇ ਲੋਕ ਮੁਜ਼ਾਹਰੇ ਕਰ ਰਹੇ ਆ ਤਾਂ ਉਹ ਦੇਖਣ ਨੂੰ ਮਿਲੂਗਾ। ਅਤੇ ਬਿਲਕੁਲ ਰਜਵਿੰਦਰ ਇਹ ਹੋਣਾ ਵੀ ਚਾਹੀਦਾ। ਅਤੇ ਇੱਕ ਵਾਰ ਫਿਰ ਆਪਾਂ ਸਲੂਟ ਕਰਦੇ ਹਾਂ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਹਰ ਪਹਿਲ ਉਹ ਹਰ ਟਾਈਮ ਕਰਦੇ ਆ। ਬਿਲਕੁਲ ਕੋਈ ਵੀ ਇੱਦਾਂ ਦੀ ਸਹੂਲਤ ਦੇਣੀ ਹੁੰਦੀ ਆ ਪਬਲਿਕ ਨੂੰ ਤਾਂ ਉਹਨਾਂ ਦੀ ਸਭ ਤੋਂ ਪਹਿਲ ਹੁੰਦੀ ਆ। ਅਤੇ ਕਿਤੇ ਨਾ ਕਿਤੇ ਜਾ ਕੇ ਇਹੀ ਲੱਗਦਾ ਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਇਹ ਆਦਤ ਆ ਇਸ ਤੋਂ ਦੁਖੀ ਹੋ ਕੇ ਸਾਡੀ ਸੈਂਟਰ ਸਰਕਾਰ ਜਿਹੜੀ ਆ ਨਾ
उन्होंने हत्थों के उत्ते जिंदे लाने की कोशिश करती है, पर फिर भी जिदा कहते होंगे वह कितने ना कि अपना राह लभ के ते पब्लिक की जी आप कह लिए खिदमत में हाजिर हो जाते हैं। बिल्कुल। तो दूजे पास गल करिए कि जेकर आप गल करते हैं हम पंजाब भी सीएम फंड जो कट्ठा किया जाता है, ਆਪਾਂ ਸੈਂਟਰ ਦੇ ਵਿੱਚ ਵੀ ਕਹੀਏ ਕਿ ਪੀਐਮ ਰਿਲੀਫ ਫੰਡ ਆ, ਤੇ ਇੱਥੇ ਵੀ ਜਿਹੜੇ ਸਾਡੇ ਸੀਐਮ ਸਾਹਿਬ ਉਹਨਾਂ ਨੇ ਵੀ ਫੰਡ ਇਕੱਠੀ ਕੀਤੀ ਹੁੰਦੀ ਆ, ਹੁਣ ਪਿਛਲੇ ਸਾਲ ਦੀ ਜਿਹੜੀ ਕਰੋਨਾ ਨੂੰ ਲੈ ਕੇ ਫੰਡ ਇਕੱਠੀ ਕੀਤੀ ਆ ਉਹਦਾ ਵੇਰਵਾ ਵੀ ਦੇਖਣ ਨੂੰ ਸਾਨੂੰ ਮਿਲਿਆ ਕਿ ਕਿੱਥੇ ਉਹਨਾਂ ਨੇ ਦੱਸਿਆ ਕਿ ਕਿੰਨਾ ਕਿੰਨਾ ਕਿੱਥੇ ਕਿੱਥੇ ਖਰਚ ਕੀਤਾ। ਤੇ ਜੇਕਰ ਪੈਸੇ ਇਕੱਠੇ ਹੀ ਕਰੀ ਜਾਣੇ ਆ, ਆਪਣੇ ਖਜ਼ਾਨੇ ਹੀ ਉਹਨਾਂ ਨੇ ਭਰੀ ਜਾਣੇ, ਆਪਣੇ ਢਿੱਡ ਹੀ ਭਰੀ ਜਾਣੇ ਆ, ਤੇ ਫਿਰ ਆਮ ਪਬਲਿਕ ਤੋਂ ਪੈਸੇ ਕਿਉਂ ਇਕੱਠੇ ਕਰਦੇ? ਕਿਉਂਕਿ ਉਹ ਜਿਹੜੀ ਫੰਡ ਜਾਂਦੀ ਆ ਆਮ ਜਨਤਾ ਦੀ ਜੇਬਾਂ ਦੇ ਵਿੱਚੋਂ ਜਾਂਦੀ ਆ, ਤੇ ਜੇਕਰ ਉਹਨਾਂ ਨੇ ਉਹ ਤੇ ਸਪੈਂਡ ਕਰਨਾ ਹੀ ਨਹੀਂ ਜਿਹਨਾਂ ਨੂੰ ਚਾਹੀਦੀ ਆ, ਤੇ ਫਿਰ ਇਕੱਠਾ ਕਿਉਂ ਕਰਦੇ ਫੰਡ? ਇਹ ਸੋਚਣ ਵਾਲੀ ਗੱਲ ਹੈਗੀ ਆ ਕਿ ਜੇਕਰ ਤੁਸੀਂ ਲੋਕਡਾਊਨ ਲਾਉਣਾ ਆ, ਲੋਕਡਾਊਨ ਲਾਵੋ, ਤੇ ਸਿਹਤ ਸਹੂਲਤਾਂ ਤੇ ਖਾਣ ਪੀਣ ਦਾ ਇੰਤਜ਼ਾਮ ਤਾਂ ਕਰੋ, ਹਰ ਇੱਕ ਨੂੰ ਰਾਸ਼ਨ ਦੇਵੋ, ਹਰ ਇੱਕ ਨੂੰ ਜੇ ਤੁਸੀਂ ਰਾਸ਼ਨ ਨਹੀਂ ਪ੍ਰੋਵਾਈਡ ਕਰ ਸਕਦੇ ਇਕੱਲੇ ਨੂੰ ਪੇਮੈਂਟ ਦੇਵੋ, ਤੇ ਅਗਲਾ ਆਪਣਾ ਮਹੀਨੇ ਦਾ ਰਾਸ਼ਨ ਲੈ ਕੇ ਤੇ ਬੈਠੇ ਮਹੀਨੇ ਦਾ ਲਾਵੋ, ਦੋ ਮਹੀਨੇ ਦਾ ਲਾਵੋ, ਤਿੰਨ ਮਹੀਨੇ ਦਾ ਲਾਵੋ, ਕਿਸੇ ਨੂੰ ਕੀ ਪ੍ਰੋਬਲਮ ਹੈਗੀ ਆ? ਬਟ ਇਹ ਆ ਕਿ ਜਿਹੜੀਆਂ ਪੈਸੇ ਇਕੱਠੇ ਕਰਦੇ ਆ ਉਹਨਾਂ ਨੂੰ ਲਾਵੋ, ਕਿਤੇ ਲਾਵੋ। ਹੁਣ ਇਸ ਟਾਈਮ ਜਿਹੜੀ ਆਪਾਂ ਕਹਿ ਲਈਏ ਆਕਸੀਜਨ ਦੀ ਕਿੱਲਤ ਆ ਰਹੀ ਸੀਗੀ, ਕਿੱਥੇ ਗਏ ਉਹ ਤੁਹਾਡੇ ਫੰਡ? ਕਿੱਥੇ ਕਿੱਥੇ ਤੁਸੀਂ ਲਾਏ ਆ? ਕੀ ਤੁਸੀਂ ਹੈਲਪ ਕੀਤੀ ਆ? ਆਮ ਜਨਤਾ ਜਿਹੜੀ ਹੈਗੀ ਆ ਉਹ ਵੀ ਆਣ ਕੇ ਖੜਦੀ ਆ, ਭਾਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਆ ਕਿ ਪ੍ਰਾਈਵੇਟ ਜਿਹੜੇ ਆਕਸੀਜਨ ਪਲਾਂਟ ਹੈਗੇ ਆ ਉਹ ਅੱਗੇ ਨਿਕਲ ਕੇ ਆ ਰਹੇ ਆ, ਉਹ ਲੋਕਾਂ ਦੀ ਖਿਦਮਤ ਕਰ ਰਹੇ ਆ, ਬਟ ਸਾਡੇ ਸੀਐਮ ਸਾਹਿਬ ਫਿਰ ਸੁੱਤੇ ਪਏ ਆ। ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਹਾਂਜੀ ਪਬਲਿਕ ਜਿਹੜੀ ਮੇਰੀ ਉਹ ਮਰ ਰਹੀ ਆ, ਇਸ ਟਾਈਮ ਕਰਾਰ ਰਹੀ ਆ ਦੁੱਖ ਦੇ ਨਾਲ। ਬਟ ਫਿਰ ਵੀ ਜਿੱਦਾਂ ਆਪਾਂ ਸੈਂਟਰ ਸਰਕਾਰ ਨੂੰ ਕਹਿੰਦੇ ਹਾਂ, ਸੈਂਟਰ ਸਰਕਾਰ ਦੇ ਨਾਲੋਂ ਸਾਨੂੰ ਦੁੱਖ ਸਾਡੇ ਸੂਬੇ ਦੇ ਰਾਜੇ ਦਾ ਆ, ਜਿਸ ਨੂੰ ਹਜੇ ਵੀ ਨਹੀਂ ਦੱਸਦਾ ਕਿ ਮੇਰੇ ਸੂਬੇ ਦੇ ਜਿਹੜੇ ਲੋਕ ਹੈਗੇ ਆ ਉਹ ਇਸ ਬਹੁਤ ਹੀ ਦੁੱਖਦਾਇਕ ਟਾਈਮ ਦੇ ਵਿੱਚੋਂ ਨਿਕਲ ਰਹੇ ਆ। ਤੇ ਮੈਂ ਵੀ ਕਦੇ ਬਾਹਰ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਝਾਤੀ ਮਾਰ ਲਵਾਂ, ਤੇ ਜਿੰਨਾ ਚਿਰ ਮੈਨੂੰ ਲੱਗਦਾ ਕਿ ਰਾਜ ਸਾਡੇ ਰਾਜਾ ਜਿਹੜਾ ਹੁੰਦਾ ਆ ਨਾ, ਜੇਕਰ ਉਹ ਸੱਚਾ ਆਪਣੀ ਪ੍ਰਜਾ ਦਾ ਪਿਆਰ ਕਰਦਾ ਤਾਂ ਉਹਨੂੰ ਬਾਹਰ ਨਿਕਲਣਾ ਚਾਹੀਦਾ, ਨਿਕਲ ਕੇ ਦੇਖਣਾ ਚਾਹੀਦਾ ਆ ਕਿ ਲੋਕ ਜਿਹੜੇ ਹੈਗੇ ਆ ਕਿੱਦਾਂ ਦੁਖੀ ਆ ਇਸ ਆਪਾਂ ਕਹਿ ਲਈਏ ਕਿ ਮਹਾਮਾਰੀ ਨੂੰ ਲੈ ਕੇ, ਚਾਹੇ ਕੋਈ ਵੀ ਟਾਈਮ ਹੈਗਾ ਆ। ਤੇ ਸਾਡੇ ਆਪਾਂ ਕਹਿ ਲਈਏ ਇੱਥੇ ਦੇ ਸਾਡੇ ਰਾਜੇ ਤਾਂ ਹੈਗੇ ਆਪਣੇ ਮਹਿਲਾਂ ਦੇ ਵਿੱਚ ਆਰਾਮ ਨਾਲ ਬਹਿ ਜਾਂਦੇ ਆ, ਤੇ ਉੱਥੋਂ ਹੀ ਬੈਠ ਕੇ ਤਾਂ ਜਿਹੜੇ ਹੈਗੇ ਆਦੇਸ਼ ਜਾਰੀ ਕਰਦੇ ਆ। ਸਭ ਤੋਂ ਵੱਡੀ ਆਪਾਂ ਇੱਕ ਘਾਟ ਕਹਿ ਲਈਏ ਕਿ ਸਾਡੇ ਭਾਵੇਂ ਦੇਸ਼ ਦਾ ਹੁਣ ਪ੍ਰਧਾਨ ਮੰਤਰੀ ਸਾਹਿਬ ਆ, ਉਹ ਵੀ ਕਿਤੇ ਬਾਹਰ ਨਿਕਲ ਕੇ ਨਾ ਤਾਂ ਉਹਨੇ ਕਿਸੇ ਹੋਸਪਿਟਲ ਦੀ ਵਿਜਿਟ ਕੀਤੀ ਆ, ਨਾ ਬਾਹਰ ਨਿਕਲ ਕੇ ਕਿਸੇ ਸ਼ਹਿਰ ਦੇ ਵਿੱਚ ਆਮ ਪਬਲਿਕ ਨੂੰ ਜਾ ਕੇ ਉਹਨੇ ਦੇਖਿਆ ਕਿ ਮੇਰੇ ਦੇਸ਼ ਦੇ ਵਿੱਚ, ਮੇਰੇ ਸ਼ਹਿਰ ਦੇ ਵਿੱਚ, ਚਲੋ ਹੋਰ ਪਾਸੇ ਤਾਂ ਨਹੀਂ ਬਟ ਦਿੱਲੀ ਸ਼ਹਿਰ ਦੇ ਵਿੱਚ ਤਾਂ ਉਹ ਜਾ ਕੇ ਦੌਰਾ ਕਰ ਸਕਦੇ ਸੀ ਨਾ, ਕਿ ਦਿੱਲੀ ਸ਼ਹਿਰ ਦੇ ਜਿਹੜੇ ਹਸਪਤਾਲ ਸੀਗੇ ਸਭ ਤੋਂ ਜ਼ਿਆਦਾ ਇਫੈਕਟਿਡ ਸੀਗੇ, ਉੱਥੇ ਜਾ ਕੇ ਤਾਂ ਉਹਨਾਂ ਨੂੰ ਇੱਕ ਜਿੱਦਾਂ ਕਹਿੰਦੇ ਹੁੰਦੇ ਆ ਵਿਜਿਟ ਤਾਂ ਕਰੇ ਜਾਂਦਾ ਨਾ ਜਾ ਕੇ ਕਿ ਉੱਥੇ ਦੇ ਕੰਡੀਸ਼ਨਸ ਕੀ ਹੈਗੀ ਆ। ਅਤੇ ਜੇਕਰ ਤੁਸੀਂ ਬਾਹਰ ਨਿਕਲਣਾ ਨਹੀਂ, ਆਮ ਪਬਲਿਕ ਦੇ ਹਾਲਾਤ ਹੀ ਨਹੀਂ ਦੇਖਣੇ, ਕਿੱਦਾਂ ਤੁਸੀਂ ਉਹਨਾਂ ਨੂੰ ਸਹੂਲਤਾਂ ਦੇ ਸਕੋਗੇ? ਅਤੇ ਕਿਤੇ ਨਾ ਕਿਤੇ ਤਾਂ ਇਹ ਲੱਗਦਾ ਕਿ ਸਾਡੇ ਦੇਸ਼ ਦੇ ਚਾਹੇ ਸੈਂਟਰ ਸਰਕਾਰ ਹੈ ਕਿ ਆਪਾਂ ਮਸੂਬਾ ਸਰਕਾਰਾਂ ਆ, ਉਹਨਾਂ ਨੂੰ ਮੈਨੂੰ ਲੱਗਦਾ ਕਿ ਜਨਤਾ ਦੇ ਦੁੱਖ ਦੇ ਨਾਲ ਕੋਈ ਇਫੈਕਟ ਨਹੀਂ ਪੈਂਦਾ ਜੀ। ਔਰ ਦੇਖੋ ਪਹਿਲਾਂ ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਸਰਕਾਰਾਂ ਸਾਡੀਆਂ ਕਾਨੂੰਨ ਬਣਾਉਂਦੀਆਂ, ਉਹ ਸੋਚਦੀਆਂ ਨੇ ਕਾਨੂੰਨ ਬਣਾਉਣ ਤੋਂ ਪਹਿਲਾਂ ਕਿ ਇਹਦਾ ਇਫੈਕਟ ਕੀ ਹੋਊਗਾ, ਇਹਦਾ ਰਿਜ਼ਲਟ ਕੀ ਨਿਕਲੂਗਾ, ਜਾਂ ਲੋਕ ਇੰਪਲੀਮੈਂਟ ਕਿਵੇਂ ਕਰਨਗੇ। ਫਿਰ ਜਦੋਂ ਕਾਨੂੰਨ ਬਣ ਜਾਂਦਾ, ਮੈਨੂੰ ਲੱਗਦਾ ਉਦੋਂ ਵੀ ਸਰਕਾਰਾਂ ਅਤੇ ਜਿਹੜੇ ਲੋਕਲ ਲੈਵਲ 'ਤੇ ਉਹਨਾਂ ਨੂੰ ਹੈਂਡਲ ਕਰਦੇ ਆ, ਪ੍ਰਸ਼ਾਸਨ ਦੀ ਗੱਲ ਕਰ ਲਈਏ ਚਾਹੇ ਪੁਲਿਸ ਦੀ ਗੱਲ ਕਰ ਲਈਏ, ਪਤਾ ਨਹੀਂ ਤਾਂ ਉਹ ਸਮਝਣਾ ਨਹੀਂ ਚਾਹੁੰਦੇ ਜਾਂ ਸਹੀ ਤਰੀਕੇ ਨਾਲ ਉਹਨਾਂ ਤੱਕ ਇਨਫੋਰਮੇਸ਼ਨ ਨਹੀਂ ਜਾਂਦੀ। ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਰੇਹੜੀ ਵਾਲਿਆਂ ਨੂੰ ਸਰਕਾਰ ਨੇ ਇਜਾਜ਼ਤ ਦਿੱਤੀ ਆ, ਪਰ ਇੱਕ ਖਬਰ ਆ ਰਹੀ ਹੈ ਕਿ ਰੇਹੜੀ ਫੜੀ ਵਾਲਿਆਂ ਦੇ ਉਹਨਾਂ ਨੇ ਚਲਾਨ ਕੱਟੇ ਆ। ਬਹੁਤ ਸਾਰੀਆਂ ਜਿਹੜੀਆਂ ਵੀਡੀਓ ਇੱਦਾਂ ਦੀਆਂ ਸਾਹਮਣੇ ਆ ਰਹੀਆਂ ਕਿ ਪੁਲਿਸ ਉਹਨਾਂ ਦੇ ਚਲਾਨ ਕੱਟ ਰਹੀ ਹੈ, ਉਹਨਾਂ ਦੇ ਜਿਹੜੀਆਂ ਰੇਹੜੀਆਂ ਉਹਨਾਂ ਨੂੰ ਚੱਕ ਚੱਕ ਕੇ ਜਿਹੜਾ ਉਹਨਾਂ ਦਾ ਸਮਾਨ ਵੀ ਡੋਲਿਆ ਜਾ ਰਿਹਾ, ਅਤੇ ਉਹਦੇ ਹੱਕ ਦੇ ਵਿੱਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਰਾਜਪਿੰਦਰ, ਗੱਲ ਹੁੰਦੀ ਆ ਕਈ ਵਾਰ ਜਿਹੜੇ ਸਾਡੇ ਪੁਲਿਸ ਪ੍ਰਸ਼ਾਸਨ ਹੈਗੇ ਆ ਉਹਨਾਂ ਨੂੰ ਵੀ ਜਿਹੜੀਆਂ ਇਹ ਹਦਾਇਤਾਂ ਆ ਸਹੀ ਤਰੀਕੇ ਕਲੀਅਰ ਨਹੀਂ ਪਤਾ ਹੁੰਦਾ, ਕਿਉਂਕਿ ਜਦੋਂ ਅਸੀਂ ਕਵਰੇਜ ਕਰਨ ਜਾਂਦੇ ਹਾਂ ਤਾਂ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਆਹੀ ਉਹਨਾਂ ਨੇ ਆਦੇਸ਼ ਦਿੱਤੇ ਆ ਅਤੇ ਸਾਨੂੰ ਇਹਨਾਂ ਦਾ ਹੀ ਪਤਾ, ਬਾਕੀ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਫਲਾਣੇ ਨੂੰ ਜਾ ਕੇ ਪੁੱਛ ਲਓ। ਜੇਕਰ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਪਤਾ ਤਾਂ ਆਮ ਪਬਲਿਕ ਨੂੰ ਇਹਨਾਂ ਦਾ ਕਿੱਦਾਂ ਪਤਾ ਹੋਊਗਾ, ਅਤੇ ਜਿਹੜੀ ਇਹਦੇ ਰਿਸਪੋਂਸੀਬਿਲਟੀ ਹੈਗੀ ਆ ਉਹ ਕਿਹਦੀ ਬਣਦੀ ਆ?
ਸਾਡੇ ਸੀਐਮ ਸਾਹਿਬ ਦੀ ਤੇ ਜੇਕਰ ਜਿਹੜੀਆਂ ਕੋਈ ਵੀ ਹਦਾਇਤਾਂ ਹੈਗੀਆਂ ਉਹਨੂੰ ਪ੍ਰੋਪਰਲੀ ਪਹਿਲਾਂ ਪਬਲਿਕ ਕੋਲ ਪਹੁੰਚਾਵੋ ਆਪਣੇ ਜਿਹੜੀ ਹੈਗੀ ਆ ਪੁਲਿਸ ਆ ਕੋਈ ਵੀ ਪ੍ਰਸ਼ਾਸਨ ਹੈਗਾ ਆ ਉਹਨਾਂ ਕੋਲ ਜਾਣ ਤੇ ਉਸ ਤੋਂ ਬਾਅਦ ਇੰਪਲੀਮੈਂਟ ਉਹਨਾਂ ਨੂੰ ਕਰੋ ਨਾ ਤੇ ਜੇਕਰ ਹੁਣ ਜਿੱਦਾਂ ਤੂੰ ਕਿਹਾ ਕਿ ਰੇਹੜੀਆਂ ਵਾਲਿਆਂ ਤੇ ਵੀ ਪਰਚੇ ਹੁੰਦੇ ਆ ਤੇ ਇਹਦੇ ਵਿੱਚ ਤਾਂ ਬਹੁਤ ਹੀ ਇੱਕ ਨਿੰਦਨ ਆਪਾਂ ਕਹਿ ਲਈਏ ਯੋਗ ਇਹ ਗੱਲ ਹੈਗੀ ਆ ਕਿ ਜਿਹੜੀ ਇਹਨਾਂ ਤੇ ਵੀ ਪਰਚੇ ਹੋ ਰਹੇ ਆ ਉਹਨਾਂ ਦੇ ਆਪਾਂ ਦੇਖਿਆ ਆ ਕਈ ਵੀਡੀਓਜ਼ ਜਿਹੜੀਆਂ ਹੈਗੀਆਂ ਨਿਕਲ ਕੇ ਬਾਹਰ ਆਈਆਂ ਆ ਸੋਸ਼ਲ ਮੀਡੀਆ ਦੇ ਉੱਪਰ ਉੱਥੇ ਉਹਨਾਂ ਦੇ ਜਿਹੜੀ ਫਰੂਟ ਵੈਜ ਜਿਹੜੀ ਹੈਗੀ ਆ ਉਹਨੂੰ ਸੜਕ ਤੇ ਸਿੱਟ ਦਿੰਦੇ ਆ ਤੇ ਗਾਲੀ ਗਲੋਚ ਹੁੰਦੇ ਆ ਬਟ ਇਹ ਗੱਲਾਂ ਹੈਗੀਆਂ ਕਿ ਬਹੁਤ ਹੀ ਇੱਕ ਮੰਦਭਾਗੀਆਂ ਹੈਗੀਆਂ ਕਿਉਂਕਿ ਇਹ ਟਾਈਮ ਜਿਹੜਾ ਚੱਲ ਰਿਹਾ ਆ ਸਭ ਲਈ ਬਹੁਤ ਔਖਾ ਆ ਤੇ ਭਾਵੇਂ ਉਹ ਪੁਲਿਸ ਤੇ ਪ੍ਰਸ਼ਾਸਨ ਹੈਗੀ ਆ ਭਾਵੇਂ ਕੋਈ ਵੀ ਸਾਡੀ ਪਬਲਿਕ ਨੂੰ ਵੀ ਥੋੜ੍ਹਾ ਜਿਹਾ ਪ੍ਰਸ਼ਾਸਨ ਦੇ ਨਾਲ ਮੈਨੂੰ ਲੱਗਦਾ ਕਿ ਰਲ ਕੇ ਚੱਲਣਾ ਚਾਹੀਦਾ ਆ ਜੇਕਰ ਉਹ ਉਹਨਾਂ ਨੂੰ ਨਹੀਂ ਪਤਾ ਹਦਾਇਤ ਦਿੰਦੀ ਆ ਤਾਂ ਸਾਨੂੰ ਕੋਪਰੇਟ ਕਰਨਾ ਸਿੱਖਣਾ ਚਾਹੀਦਾ ਤੇ ਉਹਦੇ ਵਿੱਚ ਇਹ ਹੈਗਾ ਕਿ ਸਭ ਦੀ ਭਲਾਈ ਆ ਕਿਉਂਕਿ ਕੋਈ ਵੀ ਟਾਈਮ ਇੱਦਾਂ ਦਾ ਡਿਫੀਕਲਟ ਟਾਈਮ ਹੁੰਦਾ ਆ ਭਾਵੇਂ ਉਹ ਫੈਮਿਲੀ ਦੇ ਵਿੱਚ ਹੋਵੇ ਤੇ ਕਿਉਂਕਿ ਸਾਡਾ ਦੇਸ਼ ਸਾਡਾ ਸੂਬਾ ਜਿਹੜਾ ਉਹ ਇੱਕ ਫੈਮਿਲੀ ਆ ਤੇ ਉੱਥੇ ਤਾਂ ਰਲ ਮਿਲ ਕੇ ਚੱਲਾਂਗੇ ਤੇ ਗੱਲ ਬਣਨੀ ਆ ਨਹੀਂ ਤਾਂ ਫਿਰ ਬਹੁਤ ਔਖਾ ਹੋ ਜਾਣਾ ਹੈ। ਅਗਲੀ ਖਬਰ ਹੈ ਜਿਹੜੀ ਉਹ ਵੀ ਸਾਡੀ ਆਕਸੀਜਨ ਨਾਲ ਜੁੜੀ ਹੋਈ ਆ ਕਿਉਂਕਿ ਪਹਿਲਾਂ ਵੀ ਕੁਝ ਦਿਨ ਪਹਿਲਾਂ ਜਿਹੜੀ ਸਾਡੀ ਕੋਰਟ ਸੀ ਉਹਨੇ ਕੇਂਦਰ ਸਰਕਾਰ ਨੂੰ ਝਾੜ ਪਾਈ ਸੀ ਕਿ ਦਿੱਲੀ 'ਚ ਕਿਉਂ ਅਜਿਹੇ ਹਾਲਾਤ ਹੋਏ ਆ, ਕਿਉਂ ਜਿਹੜੀ ਪ੍ਰੋਪਰ ਜਿੰਨਾ ਉਹਨਾਂ ਨੂੰ ਆਕਸੀਜਨ ਚਾਹੀਦੀ ਸੀ ਉਹਨਾਂ ਨੂੰ ਨਹੀਂ ਦਿੱਤੀ ਗਈ, ਹੋਰ ਰਾਜਾਂ ਨੂੰ ਦੇ ਦਿੱਤੀ ਗਈ ਆ, ਤੇ ਹੁਣ ਫਿਰ ਤੋਂ ਹਾਈ ਕੋਰਟ ਨੇ ਕੇਂਦਰ ਨੂੰ ਝਾੜ ਪਾਈ ਹੈ ਤੇ ਨਾਲ ਹੀ ਉਹਨਾਂ ਨੇ ਜਿਹੜੇ ਵਰਡ ਯੂਜ਼ ਕੀਤੇ ਆ ਉਹਨਾਂ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਸ਼ਤਰਮੁਰਗ ਵਾਂਗ ਰੇਤ 'ਚ ਸਿਰ ਲੁਕੋ ਸਕਦੇ ਹੋ ਪਰ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ। ਬਿਲਕੁਲ ਰਾਜਵਿੰਦਰ, ਉੱਥੇ ਹੀ ਗੱਲ ਆ ਜਾਂਦੀ ਆ ਕਿ ਸੈਂਟਰ ਸਰਕਾਰ ਜਿਹੜੀ ਹੈਗੀ ਆ ਮੈਨੂੰ ਨਹੀਂ ਸਮਝ ਆਉਂਦੀ ਆ ਕਿ ਜਿਹੜੇ ਦਿੱਲੀ ਦੇ ਸਾਡੇ ਕੇਜਰੀਵਾਲ ਸਾਹਿਬ ਆ ਉਹਨਾਂ ਦੇ ਨਾਲ ਇੰਨੀ ਕਿਉਂ ਖਾਰ ਖਾ ਰਹੇ ਆ, ਕਿਉਂਕਿ ਆਪਣੀ ਜਿਹੜੀ ਪੋਲੀਟੀਕਲ ਇੱਕ ਕਹਿ ਲਈਏ ਰੰਜਿਸ਼ ਹੁੰਦੀ ਆ ਉਹਨੂੰ ਇੱਕ ਪਾਸੇ ਰੱਖ ਕੇ ਹੁਣ ਤੁਹਾਡਾ ਪਬਲਿਕ ਦੀ ਸੇਵਾ ਕਰਨ ਦਾ ਟਾਈਮ ਹੈਗਾ ਆ, ਜੇਕਰ ਸੈਂਟਰ ਸਰਕਾਰ ਵੀ ਪਬਲਿਕ ਨੂੰ ਸਹੂਲਤਾਂ ਪ੍ਰੋਵਾਈਡ ਕਰਾਉਂਦੀ ਆ ਤੇ ਪਬਲਿਕ ਨੂੰ ਦਿਸਦਾ ਕਿ ਉਹ ਜਿਹੜੀਆਂ ਸਹੂਲਤਾਂ ਕਿੱਥੋਂ ਆ ਰਹੀਆਂ ਆ, ਤੇ ਜੇਕਰ ਸੈਂਟਰ ਸਰਕਾਰ ਨੇ ਬਣੇ ਰਹਿਣਾ ਆ ਤੇ ਪਬਲਿਕ ਨੂੰ ਸਹੂਲਤਾਂ ਦੇਣੀਆਂ ਪੈਣੀਆਂ ਤੇ ਫਿਰ ਗੱਲ ਉੱਥੇ ਆਉਂਦੀ ਹੈ ਕਿ ਆਕਸੀਜਨ ਜਿਹੜੀ ਹੈਗੀ ਆ ਜਿਹੜੇ ਪ੍ਰਾਂਤਾਂ ਦੇ ਵਿੱਚ ਇਹਨਾਂ ਦੀ ਆਪਣੀ ਕਹਿ ਲਈਏ ਕਿ ਗਵਰਨਮੈਂਟ ਹੈਗੀ ਆ ਆਪਣਾ ਹੈਗਾ ਪ੍ਰਭਾਵ ਆ ਉਹਨਾਂ ਪ੍ਰਾਂਤਾਂ ਦੇ ਵਿੱਚ ਜਿੱਥੇ ਨਹੀਂ ਵੀ ਚਾਹੀਦੀ ਉੱਥੇ ਵੀ ਆਕਸੀਜਨ ਘੱਲੀ ਜਾਂਦੇ ਆ, ਬਟ ਜਿੱਥੇ ਇਹਨਾਂ ਦੀ ਜਿੱਦਾਂ ਬੀਜੇਪੀ ਵਾਲਿਆਂ ਦੀ ਭਾਜਪਾ ਦੀ ਪਕੜ ਨਹੀਂ ਹੈਗੀ ਉੱਥੇ ਇਹ ਜਿਹੜੀ ਆਕਸੀਜਨ ਨੂੰ ਜਿੰਨੀ ਚਾਹੀਦੀ ਹੁੰਦੀ ਆ ਉਸ ਤੋਂ ਬਹੁਤ ਹੀ ਘੱਟ ਜਿਹੜੀ ਭੇਜੀ ਜਾਂਦੀ ਆ, ਤੇ ਇਹ ਦੇਖਣ ਨੂੰ ਆਉਂਦਾ ਕਿ ਪਤਾ ਨਹੀਂ ਕਿਉਂ ਜਿਹੜਾ ਪਬਲਿਕ ਦੇ ਨਾਲ ਵਖਰੇਵਾਂ ਕਰ ਰਹੇ ਆ, ਤੇ ਇਹਨਾਂ ਨੂੰ ਮੈਂ ਤਾਂ ਫਿਰ ਇਹੀ ਕਹੂੰਗੀ ਕਿ ਆਪਣੀ ਜਿਹੜੀ ਪੋਲੀਟੀਕਲ ਪਾਰਟੀ ਦੀਆਂ ਰੰਜਿਸ਼ ਹੈਗੀਆਂ ਉਹਨਾਂ ਨੂੰ ਇੱਕ ਪਾਸੇ ਰੱਖਣਾ ਚਾਹੀਦਾ ਇਸ ਮੂਮੈਂਟ, ਕਿਉਂਕਿ ਹੁਣ ਰਲ ਮਿਲ ਕੇ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਦਾ ਟਾਈਮ ਆ, ਨਾ ਕਿ ਇੱਕ ਦੂਜੇ ਦੀਆਂ ਰੰਜਿਸ਼ ਕੱਢਣ ਦਾ ਟਾਈਮ। ਬਿਲਕੁਲ, ਇਸੇ ਕਰਕੇ ਜਿਹੜੀ ਸਾਡੀ ਹਾਈ ਕੋਰਟ ਹੈ ਉਹ ਦਿਨ ਬ ਦਿਨ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ, ਔਰ ਉਹਨਾਂ ਨੇ ਹੁਣ ਤਾਂ ਇਹ ਸਿੱਧੇ ਸਿੱਧੇ ਤੌਰ 'ਤੇ ਕਹਿ ਦਿੱਤਾ ਕਿ ਹੁਣ ਅਸੀਂ ਕੋਈ ਵੀ ਤੁਹਾਡਾ ਆਂਸਰ ਨਹੀਂ ਸੁਣਨਾ, ਕੋਈ ਤੁਹਾਡਾ ਐਕਸਕਿਊਜ਼ ਨਹੀਂ ਸੁਣਨਾ, ਅਤੇ ਉਹਨਾਂ ਨੇ ਹੁਕਮ ਦਿੱਤਾ ਕਿ ਜਿਹੜੀ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਆ ਉਹ ਦਿੱਲੀ ਨੂੰ ਤੁਹਾਨੂੰ ਕਰਨੀ ਹੀ ਪਊਗੀ, ਅਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਦਿੱਲੀ ਇੱਕ ਇੰਨੀ ਕੰਜਸਟਡ ਜਿੱਦਾਂ ਪਾਪੂਲੇਟਡ ਏਰੀਆ ਹੈਗਾ ਆ ਕਿ ਜਿੱਥੇ ਹਵਾ ਜਿਹੜੀ ਹੈਗੀ ਆ ਬਹੁਤ ਘੱਟ ਆ, ਇੰਨੀ ਕੰਪਲੀਟਡ ਹੈਗੀ ਆ ਕਿਉਂਕਿ ਟ੍ਰੈਫਿਕ ਇੰਨੀ ਆ ਉੱਥੇ, ਇੱਕ ਕਹਿ ਲਈਏ ਕਿ ਬਿਲਡਅਪ ਇੰਨਾ ਏਰੀਆ ਹੈਗਾ ਕਿ ਉੱਥੇ ਇਸ ਚੀਜ਼ ਦੀ ਕਿਉਂ ਆਪਾਂ ਕਹਿ ਲਈਏ ਕਿ ਲੋਕਾਂ ਦੇ ਵਿੱਚ ਕਮੀ ਦੇਖਣ ਨੂੰ ਆ ਰਹੀ ਹੈ ਕਿਉਂਕਿ ਫਰੈਸ਼ ਏਅਰ ਜਿਹੜੀ ਨਹੀਂ ਮਿਲਦੀ, ਅਤੇ ਇਸ ਕਰਕੇ ਜਿਹੜੀ ਹੈਗੀ ਆ ਸਾਡੇ ਪ੍ਰਾਈਮ ਮਿਨਿਸਟਰ ਨੂੰ ਵੀ ਚਾਹੀਦਾ ਕਿ ਰਿਸਪੋਂਸੀਬਿਲਟੀ ਆਪਣੀ ਸਮਝ ਕੇ ਇੱਕ ਅਤੇ ਆਪਣੇ ਨਾਗਰਿਕਾਂ ਨੂੰ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਸਿਹਤ ਸਹੂਲਤਾਂ ਦੇਣੀਆਂ ਬਣਦੀਆਂ ਜੀ। ਅਗਲੀ ਖਬਰ ਜੁੜੀ ਹੋਈ ਹੈ ਜੀ ਸਾਡੀ ਬਾਲੀਵੁੱਡ ਅਭਿਨੇਤਰੀ ਹੈ ਜਿਹੜੀ ਕੰਗਨਾ ਦੇ ਨਾਲ, ਕਿਉਂਕਿ ਆਪਣੇ ਜਿਹੜੇ ਬਿਆਨਾਂ ਦੇ ਕਰਕੇ ਆਏ ਦਿਨ ਉਹ ਅਖਬਾਰਾਂ ਦੀਆਂ ਸੁਰਖੀਆਂ 'ਚ ਛਾਈ ਰਹਿੰਦੀ ਹੈ ਕਿਉਂਕਿ ਉਹਦੇ ਬਿਆਨ ਆ ਜਿਹੜੇ ਬਹੁਤ ਜ਼ਿਆਦਾ ਵਿਵਾਦਿਤ ਹੁੰਦੇ ਆ, ਅਤੇ ਹੁਣ ਜਿਹੜਾ ਉਹਦਾ ਟਵਿੱਟਰ 'ਤੇ ਖਾਤਾ ਸੀਗਾ ਉਹ ਹੀ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਇਹਨਾਂ ਬਿਆਨਾਂ ਦੇ ਚੱਲਦੇ। ਬਿਲਕੁਲ ਰਾਜਵਿੰਦਰ, ਕੰਗਣਾ ਜਿਹੜੀ ਹੈਗੀ ਆ ਜਦੋਂ ਤੋਂ ਆਪਾਂ ਕਹੀਏ ਕਿ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਉਦੋਂ ਤੋਂ ਇਹ ਜ਼ਿਆਦਾ ਹੀ ਥੋੜੇ ਇਹਦੇ ਬਿਆਨਬਾਜ਼ੀਆਂ ਜਿਹੜੀਆਂ ਸੀਗੀਆਂ ਬਹੁਤ ਹੀ ਇੱਕ ਭੜਕੀਲੀਆਂ ਸੀਗੀਆਂ, ਤੇ ਆਪਾਂ ਕਹਿ ਲਈਏ ਪਬਲਿਕ ਦੇ ਖਿਲਾਫ ਜਿਹੜੀਆਂ ਸੀਗੀਆਂ ਕਿਸਾਨੀ ਅੰਦੋਲਨ ਦੇ ਖਿਲਾਫ ਸੀਗੀਆਂ, ਤੇ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਪੀਐਮ ਨਰਿੰਦਰ ਮੋਦੀ ਦੇ ਜਿੱਦਾਂ ਚੇਲੀ ਇਹ ਹੁੰਦੀ ਆ, ਕਿਉਂਕਿ ਹਰ ਗੱਲ ਜਿਹੜੀ ਹੁੰਦੀ ਸੀ ਕੋਈ ਨਾ ਕੋਈ ਇਹਨੇ ਪੁੱਠੀ ਹੀ ਕਰਨੀ ਹੁੰਦੀ ਸੀ, ਗੱਲਾਂ ਇਹਦੀਆਂ ਇੱਦਾਂ ਦੀਆਂ ਹੁੰਦੀਆਂ ਸੀ ਕਿ ਲੋਕਾਂ ਦੇ ਦਿਲ ਜਿਹੜੇ ਛੇਦ ਦੀ ਹੁੰਦੀ ਸੀਗੀ,
ਹੁਣ ਗੱਲ ਕਰੀਏ ਕਿ ਰੀਸੈਂਟ ਜਿਹੜਾ ਇੰਸੀਡੈਂਟ ਹੋਇਆ ਆ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜੀ ਆਕਸੀਜਨ ਆਉਣ ਲੱਗ ਪਈ ਆ ਦਿੱਲੀ ਦੇ ਵਿੱਚ ਲੋਕੀ ਤਰ੍ਹਾਂ ਤਰ੍ਹਾਂ ਕਰਦੇ ਆਕਸੀਜਨ ਵਾਸਤੇ ਤੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚੋਂ ਆਕਸੀਜਨ ਦੀ ਸਪਲਾਈ ਆਉਣ ਲੱਗ ਪੈਂਦੀ ਆ ਵੈਕਸੀਨ ਦੀ ਸਪਲਾਈ ਆਉਣ ਲੱਗ ਪੈਂਦੀ ਆ ਤੇ ਇਹਨੂੰ ਮੈਨੂੰ ਸਮਝ ਨਹੀਂ ਆਉਂਦਾ ਕੀ ਜ਼ਹਿਰ ਦਿਖਾਈ ਦਿੱਤੀ ਕੀ ਇੰਨਾ ਰੌਲਾ ਇਹਨੇ ਪਾਇਆ ਤੇ ਕਿਉਂਕਿ ਜਦੋਂ ਕੋਈ ਵੀ ਇੱਕ ਪਬਲਿਕ ਭਾਵੇਂ ਇਹ ਸੈਲੇਬ੍ਰਿਟੀ ਹੈਗੀ ਆ ਜੀ ਸਦਕੇ ਸਾਰੇ ਜਾਣੇ ਇਹਦੀ ਐਕਟਿੰਗ ਨੂੰ ਪਸੰਦ ਕਰਦੇ ਆ ਜੋ ਇਹ ਪੇਸ਼ ਕਰਦੀ ਆ ਫਿਲਮਾਂ ਦੇ ਵਿੱਚ ਉਹਨੂੰ ਫੋਲੋ ਕਰਦੇ ਆ ਪਸੰਦ ਕਰਦੇ ਆ ਬਟ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਕਿ ਸਾਡੇ ਜਿਹੜੇ ਇਹ ਸੋ ਕੋਲਡ ਸਟਾਰ ਬਣ ਜਾਂਦੇ ਆ ਬਣਾਉਂਦਾ ਕੌਣ ਸਟਾਰ ਇਹਨਾਂ ਨੂੰ ਪਬਲਿਕ ਹੀ ਬਣਾਉਂਦੀ ਹੈ ਨਾ ਕਿਉਂਕਿ ਆਪਣੇ ਪਿਆਰ ਦੇ ਨਾਲ ਬਟ ਉਹ ਇਹਨਾਂ ਨੂੰ ਪਿਆਰ ਜਿਹੜਾ ਹਜ਼ਮ ਨਹੀਂ ਹੁੰਦਾ ਪਬਲਿਕ ਜਿਹੜੀ ਇੱਕ ਆਪਾਂ ਕਹਿ ਲਈਏ ਕਿਸੇ ਧਰਮ ਦੇ ਨਾਲ ਜਾਂ ਇੱਕ ਕਮਿਊਨਿਟੀ ਦੇ ਨਾਲ ਰਿਲੇਟਡ ਚੱਲ ਕੇ ਅਸੀਂ ਸਟਾਰ ਨਹੀਂ ਬਣਦੇ ਜਦੋਂ ਤੁਹਾਨੂੰ ਮੁਲਕ ਜਿਹੜਾ ਹੈਗਾ ਆ ਸਾਰੇ ਵਰਲਡ ਤੋਂ ਦੁਨੀਆ ਤੁਹਾਨੂੰ ਪਿਆਰ ਕਰਦੇ ਤੁਸੀਂ ਉਦੋਂ ਹੀ ਸਟਾਰ ਬਣਦੇ ਆ ਤੇ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਕਿ ਸਾਡੇ ਇਹ ਸਟਾਰ ਜਿਹੜੇ ਹੈਗੇ ਇੰਨੀ ਕੁ ਹਵਾ ਦੇ ਵਿੱਚ ਆ ਜਾਂਦੇ ਆ ਤੇ ਜਦੋਂ ਉੱਪਰ ਜਾਣ ਲੱਗਦੇ ਤਾਂ ਗੁਬਾਰਾ ਉਹ ਫਟਦਾ ਹੀ ਹੁੰਦਾ ਆ ਤੇ ਇਸ ਟਾਈਮ ਜਿਹੜਾ ਇਹਦਾ ਗੁਬਾਰਾ ਕੰਡਿਆਂ ਦੇ ਵਿੱਚ ਫਸ ਚੁੱਕਾ ਆ ਤੇ ਫਸ ਕੇ ਜਿਹੜਾ ਹੈਗਾ ਹੁਣ ਜਿਹੜਾ ਇਹਦਾ ਟਵਿੱਟਰ ਦਾ ਅਕਾਊਂਟ ਹੈਗਾ ਆ ਤੇ ਟਵਿੱਟਰ ਵਾਲਿਆਂ ਇਹਦਾ ਕੰਪਲੀਟ ਬੰਦ ਕਰ ਦਿੱਤਾ ਆ ਤੇ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਜਾ ਕੇ ਬਹੁਤ ਹੀ ਵਧੀਆ ਉਹਨਾਂ ਨੇ ਕੀਤਾ ਕਿਉਂਕਿ ਜਦੋਂ ਹੰਕਾਰ ਕਿਸੇ ਦੇ ਵਿੱਚ ਆ ਜਾਂਦਾ ਨਾ ਤੇ ਉਦੋਂ ਉਹਦਾ ਹੰਕਾਰ ਤੋੜਨਾ ਜਿਹੜਾ ਆ ਜ਼ਰੂਰੀ ਹੁੰਦਾ ਤੇ ਇਸ ਟਾਈਮ ਮੈਨੂੰ ਲੱਗਦਾ ਕਿ ਪਬਲਿਕ ਜਿਹੜੀ ਹੈਗੀ ਆ ਬਹੁਤ ਖੁਸ਼ ਹੋਊਗੀ ਕਿਉਂਕਿ ਇਹਨੇ ਅੱਤ ਚੱਕੀ ਹੋਈ ਸੀ ਤੇ ਅੱਤ ਦਾ ਅੰਤ ਆਉਂਦਾ ਜ਼ਰੂਰ ਆ ਔਰ ਕੱਲ੍ਹ ਇਹਦੀ ਇੱਕ ਵੀਡੀਓ ਵੀ ਆ ਰਹੀ ਸੀ ਜਿਹਦੇ 'ਚ ਮੈਨੂੰ ਲੱਗਦਾ ਕਿ ਮਗਰਮੱਛ ਦੇ ਜਿਹੜੇ ਆਂਸੂ ਆਪਾਂ ਕਹਿ ਦਿੰਦੇ ਉਹ ਹੰਝੂ ਵੀ ਇਹ ਵਹਾਉਂਦੀ ਹੋਈ ਦਿਖਾਈ ਦਿੱਤੀ ਹੈ ਔਰ ਇੱਕ ਦੇਖੋ ਆਕਸੀਜਨ ਦੀ ਕਮੀ 'ਤੇ ਤਾਂ ਇਹਨੇ ਜੋ ਵੀ ਆ ਕਿ ਮੁੱਦੇ ਉਹ ਤਾਂ ਇਹਨੇ ਉਛਾਲੇ ਉਛਾਲਿਆਂ ਨਾਲ ਹੋ ਰੀਸੈਂਟਲੀ ਬੰਗਾਲ ਚੋਣਾਂ 'ਤੇ ਵੀ ਇਹਨਾਂ ਦੇ ਜਿਹੜੇ ਬਿਆਨ ਸੀ ਇੰਨੇ ਕੁ ਭੜਕਾਊ ਸੀਗੇ ਅਤੇ ਜਿਹੜਾ ਇਹ ਮੰਨਿਆ ਜਾ ਰਿਹਾ ਕਿ ਜਿਹੜੀ ਉੱਥੇ ਹਿੰਸਾ ਹੋਈ ਹੈ ਇਹਦੇ ਜਿਹੜੇ ਵਿਵਾਦਿਤ ਬਿਆਨ ਸੀ ਉਹਨਾਂ ਦੇ ਦੇਣ ਤੋਂ ਬਾਅਦ ਹੋਈ ਹੈ ਇਸ ਮੁੱਦੇ ਕਰਕੇ ਵੀ ਜਿਹੜਾ ਇਹਦਾ ਅਕਾਊਂਟ ਹੈ ਉਹ ਬਲੌਕ ਕੀਤਾ ਗਿਆ ਤੇ ਸਹੀ ਆ ਕਿਉਂਕਿ ਮੈਂ ਜਿੱਦਾਂ ਪਹਿਲਾਂ ਕਹਿ ਚੁੱਕਿਆ ਕਿ ਜਿਹੜੇ ਸਾਡੇ ਸਟਾਰ ਹੁੰਦੇ ਆ ਸੋ ਖੋਲਡ ਕਿਉਂਕਿ ਉਹ ਪਬਲਿਕ ਦੇ ਹੀ ਬਣਾਏ ਹੁੰਦੇ ਆ ਭਾਵੇਂ ਕੋਈ ਵੀ ਹੈਗਾ ਆ ਚਾਹੇ ਆਪਾਂ ਪੰਜਾਬ ਦੀ ਗੱਲ ਕਰੀਏ ਚਾਹੇ ਭਾਵੇਂ ਆਪਾਂ ਕਹੀਏ ਕਿ ਨੈਸ਼ਨਲ ਜਿਹੜਾ ਹੈਗਾ ਆਪਣੇ ਬਾਲੀਵੁੱਡ ਸਟਾਰਸ ਹੈਗੀ ਆ ਅਤੇ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਰਿਸਪੋਂਸੀਬਿਲਟੀ ਬਣਦੀ ਆ ਕਿ ਇੱਦਾਂ ਦੇਸ਼ ਦੇ ਵਿੱਚ ਸ਼ਾਂਤੀ ਹੈਗੀ ਭਾਈਚਾਰਾ ਬਣਾ ਕੇ ਰੱਖਣ ਨੂੰ ਇਹ ਇੱਕ ਆਈਕੋਨ ਹੁੰਦੇ ਆ ਅਤੇ ਇਹਨਾਂ ਨੂੰ ਇੱਦਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਕਿ ਇੱਕ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਕਮਿਊਨਿਟੀ ਇੱਕ ਧਰਮ ਨੂੰ ਪੱਖ ਲੈ ਕੇ ਤੋੜਨਾ ਕਿਉਂਕਿ ਇਹ ਸਾਡੇ ਸਾਰੇ ਦੇ ਸਾਂਝੇ ਬਣਾਏ ਹੋਏ ਇਹ ਸਟਾਰ ਹੁੰਦੇ ਆ ਅਤੇ ਕਿਤੇ ਨਾ ਕਿਤੇ ਉਹੀ ਗੱਲ ਆਉਂਦੀ ਆ ਕਿ ਇਹ ਜਿਹੜੀ ਹੈਗੀ ਆ ਭਾਜਪਾ ਦੀ ਚੇਲੀ ਦੇਖਣ ਨੂੰ ਲੱਗਦੀ ਆ ਕਿ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਵੱਖ ਦੀ ਪੱਖ ਦੀ ਗੱਲ ਕਰਦੀ ਆ ਪੱਖ ਦੀ ਗੱਲ ਕਰਨੀ ਚਾਹੀਦੀ ਜਿੱਥੇ ਉਹ ਸਹੀ ਹੈਗੇ ਆ ਅਤੇ ਜਿੱਥੇ ਤੁਸੀਂ ਪਬਲਿਕ ਨੂੰ ਹਰਟ ਕਰਦੇ ਆ ਜਿੱਥੇ ਪਬਲਿਕ ਦੇ ਵਿੱਚ ਇੱਕ ਉਹ ਭਾਂਬੜ ਬਾਲਣ ਦੀ ਕੋਸ਼ਿਸ਼ ਕਰਦੇ ਆ ਤੇ ਉਦੋਂ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਨਾ ਫਿਰ ਉਹ ਸਹਿਣ ਵਾਲੀ ਨਹੀਂ ਗੱਲ ਹੁੰਦੀ ਤੇ ਪਬਲਿਕ ਨੇ ਫਿਰ ਕੰਪਲੇਨ ਕਰਨੀ ਹੀ ਸੀਗੀ ਤੇ ਪਬਲਿਕ ਦੀ ਕੰਪਲੇਨ ਤੋਂ ਬਿਨਾਂ ਕੁਛ ਵੀ ਇੱਦਾਂ ਦਾ ਨਹੀਂ ਹੁੰਦਾ ਕਿਉਂਕਿ ਪਬਲਿਕ ਨੇ ਬਹੁਤ ਦੇਖਿਆ ਇਹਦੇ ਵੱਲ ਕਿਉਂਕਿ ਲਾਸਟ ਸਾਲ ਤੋਂ ਹੀ ਜਿਹੜੀ ਇਹ ਕੁਛ ਨਾ ਕੁਛ ਕਰਦੀ ਰਹਿੰਦੀ ਸੀ ਸਪੈਸ਼ਲੀ ਜਦੋਂ ਦਾ ਜਿੱਦਾਂ ਮੈਨੇ ਪਹਿਲਾਂ ਮੈਨਸ਼ਨ ਕੀਤਾ ਕਿ ਕਿਸਾਨੀ ਸੰਘਰਸ਼ ਤੋਂ ਹੀ ਇਹਦੇ ਜਿਹੜੇ ਵਿਵਾਦ ਜ਼ਿਆਦਾ ਸ਼ੁਰੂ ਹੋਏ ਸੀਗੇ ਜੀ ਔਰ ਬਿਲਕੁਲ ਇਹ ਸਮਾਂ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਵੈਸੇ ਕਹਿ ਚੁੱਕੇ ਹੋ ਕਿ ਇਹ ਸਮਾਂ ਅਜਿਹਾ ਜਿੱਥੇ ਸਾਨੂੰ ਸਾਰੇ ਗਿਲੇ ਸ਼ਿਕਵੇ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਵੈਰ ਵਿਰੋਧ ਭੁੱਲ ਕੇ ਜਾਂ ਜਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਸੀਂ ਹੈਗੇ ਹਾਂ ਉਹਦਾ ਟਾਕਰਾ ਕਰਨ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਦੋਨਾਂ ਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਜਿਹੜੇ ਉਹਨਾਂ ਦੁਆਰਾ ਆਦੇਸ਼ ਦਿੱਤੇ ਜਾਂਦੇ ਆ ਉਹਨਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਬਣਦਾ ਤਾਂ ਹੀ ਅਸੀਂ ਜਿਹੜੀ ਇਸ ਮਹਾਂਮਾਰੀ ਹੈ ਉਹਦੇ ਸੰਕਟ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਮੈਮ ਆਪਾਂ ਪ੍ਰੋਗਰਾਮ ਨੂੰ ਤਾਂ ਹੋਰ ਅੱਗੇ ਵਧਾਉਣਾ ਚਾਹੁੰਦੇ ਸੀ ਹੋਰ ਕਾਫੀ ਕੁਝ ਸੀ ਆਪਣੇ ਕੋਲ ਡਿਸਕਸ ਕਰਨ ਵਾਲਾ ਪਰ ਮੈਨੂੰ ਲੱਗਦਾ ਸਮਾਂ ਹੁਣ ਸਾਨੂੰ ਇਸ਼ਾਰਾ ਕਰ ਰਿਹਾ ਕਿ ਸਾਨੂੰ ਸਾਡੇ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪਊਗਾ ਤੇ ਬਿਲਕੁਲ ਰਾਜ ਹੁਣ ਆਪਾਂ ਆਪਣੇ ਦੋਸਤਾਂ ਤੋਂ ਲੈਂਦੇ ਹਾਂ ਇਜਾਜ਼ਤ ਤੇ ਜਾਣ ਤੋਂ ਪਹਿਲਾਂ ਦੋਸਤੋ ਮੈਂ ਇਹੀ ਤੁਹਾਡੇ ਅੱਗੇ ਰਿਕੁਐਸਟ ਕਰੂੰਗੀ ਕਿ ਜੋ ਵੀ ਹਦਾਇਤਾਂ ਗਵਰਨਮੈਂਟ ਵੱਲੋਂ ਨਿਕਲਦੀਆਂ ਉਹਨਾਂ ਦਾ ਰਲ ਮਿਲ ਕੇ ਸਾਥ ਦੇਣਾ ਸਾਡਾ ਸਾਥ ਬਣਦਾ ਜਿੱਥੇ ਤੁਹਾਡੀ ਆਵਾਜ਼ ਤੁਸੀਂ ਉਠਾਉਣੀ ਆ ਜ਼ਰੂਰ ਉਠਾਲੋ ਅਤੇ ਬਟ ਇਹ ਆ ਕਿ ਆਪਣੀ ਜਿਹੜੀ ਸਿਹਤ ਹੈਗੀ ਆ ਆਪਣੀ ਸੇਫਟੀ ਹੈਗੀ ਆ ਉਹਨੂੰ ਵੀ ਧਿਆਨ ਦੇ ਵਿੱਚ ਰੱਖੋ ਕਿਉਂਕਿ ਆਪਣੀ ਸਿਹਤ ਹੈਗੀ ਆ ਜਾਨ ਹੈਗੀ ਆ ਤੇ ਜਹਾਨ ਹੈਗੀ ਆ ਆਪਾਂ ਹੈਲਥੀ ਹੈਗੇ ਹਾਂ ਅਤੇ ਕਮਾਈ ਜਿਹੜੀ ਹੈਗੀ ਆ ਕਿਸੇ ਵੀ ਟਾਈਮ ਕਰ ਸਕਦੇ ਹਾਂ ਬਟ ਜੇਕਰ ਸਾਡੀ ਜਾਨ ਹੀ ਨਾ ਰਹੀ ਤਾਂ ਕਮਾਈਆਂ ਕਿੱਥੋਂ ਕਰਾਂਗੇ ਇਸ ਲਈ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਹਾਂ ਕਿ ਆਪਣਾ ਤਾਂ ਆਪਣੇ ਪਿਆਰਿਆਂ ਦਾ ਪਹਿਲਾਂ ਖਿਆਲ ਰੱਖੋ ਉਸ ਤੋਂ ਬਾਅਦ ਜੋ ਸੰਘਰਸ਼ ਆਪਾਂ ਕਰਨੇ ਆ ਉਹ ਕਰਾਂਗੇ ਅਤੇ ਹੁਣ ਲੈਂਦੇ ਅਸੀਂ ਇਜਾਜ਼ਤ ਅਤੇ ਮਿਲਦੇ ਹਾਂ ਨੈਕਸਟ ਟਾਈਮ ਸਤਿ ਸ਼੍ਰੀ ਅਕਾਲ ਦੋਸਤੋ